अज दो तीन गल्लां जिहड़ियां जरूरी ने। एक तो यह कि अज एक मुंडू जिहा जिहड़ा दिल्ली तो आया होया आम आदमी पार्टी का, नाम का चंगी तरह ख्याल नहीं आ रहा, चड्डा चड्डा है कोई, तो एक तो उन्होंने अज एक आम कांग्रेस पार्टी बारे कहा कि कांग्रेस पार्टी जिहड़ी है यह दलितां नाल विचकरा कर रही, वो तो कर ही रही है खैर। लेकिन मैं ध्यान लिया चाहना थोड़ा सारिया का तो समूह पंजाबियों का कि जो पंजाबियों नाल ते खास तौर पर सिखां नाल आम आदमी पार्टी ने किया तो कर रही है उहदे वल। वैसे तो तुसीं देखिया होना कि अजकल पिंडां पिंडां दे बंबियां ते लिखिया होया कि एक मौका केजरीवाल नूं। ਉਹ ਮੇਰਾ ਖਿਆਲ ਹਰ ਪੰਜਾਬੀ ਜਾਣਦਾ ਹੈ ਕਿ ਦਿਓਗੇ ਕੇਜਰੀਵਾਲ ਨੂੰ ਮੌਕਾ ਅਤੇ ਖਾਓਗੇ ਧੋਖਾ, ਅਤੇ ਇਸ ਕਰਕੇ ਉਹਦਾ, ਕਿਉਂਕਿ ਉਹ ਧੋਖਾ ਤਾਂ ਹੋ ਹੀ ਚੁੱਕਾ, ਕਿਉਂਕਿ ਪਹਿਲਾਂ ਲਿਖ ਕੇ ਕਿ ਮੌਕਾ ਅਤੇ ਬਾਅਦ 'ਚ ਜਦੋਂ ਪਤਾ ਲੱਗਾ ਵੀ ਇਹ ਤਾਂ ਨਫ਼ਰਤ ਹੋ ਰਹੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਆਊਟਸਾਈਡਰ ਦੀ, ਅਤੇ ਉਹ ਬਦਲ ਕੇ ਫਿਰ ਉਹਨਾਂ ਨੇ ਅਖੀਰਲੇ ਕੁਛ ਦਿਨਾਂ ਦੇ ਲਈ ਪਾਰਟੀ ਦੀ ਜਿਹੜੀ ਅੰਦਰੂਨੀ ਲੀਡਰਸ਼ਿਪ ਆ ਉਹ ਭਗਵੰਤ ਮਾਨ ਨੂੰ ਦਿੱਤੀ ਹੈ, ਜਿਹੜੇ 5 ਸਾਲ ਉਹਨਾਂ ਨੇ ਮਿੰਨਤਾਂ ਕੀਤੀਆਂ ਤਰਲੇ ਕੱਢੇ, ਔਰ ਹੁਣ ਵੀ ਉਹ ਇਸ ਤਰ੍ਹਾਂ ਬਿਠਾਏ ਹੁੰਦੇ ਹੈ ਜਿਵੇਂ ਕਿਸੇ ਨਾ 6ਵੀਂ 7ਵੀਂ ਸਟੂਡੈਂਟ ਨੂੰ, 6ਵੀਂ 7ਵੀਂ ਕਲਾਸ ਦੇ ਸਟੂਡੈਂਟ ਨੂੰ ਯੂਨੀਫਾਰਮ ਪਾ ਕੇ ਕੁੱਟ ਕੇ ਕੁਰਸੀ 'ਤੇ ਬਿਠਾਇਆ ਹੋਵੇ ਕਿ ਬੇਟਾ ਅੰਕਲ ਜੀ ਕੋ 1 ਸੇ 100 ਤੱਕ ਸੁਣਾਓ, ਇਸ ਤਰ੍ਹਾਂ ਉਹ ਭਗਵੰਤ ਮਾਨ ਦਾ ਵਿਚਾਰੇ ਦਾ ਹਾਲ ਹੈ। ਲੇਕਿਨ ਉਹ ਗੱਲ ਜਿਹੜੀ ਮੈਂ ਕਹਿ ਰਿਹਾ ਵੀ ਦਿਓਗੇ ਕੇਜਰੀਵਾਲ ਨੂੰ ਮੌਕਾ ਅਤੇ ਖਾਓਗੇ ਧੋਖਾ, ਉਹ ਮੈਂ ਦੱਸਣਾ ਚਾਹੁੰਦਾ ਕਿ ਕਿਉਂ ਕਹਿ ਰਹੇ ਆਪਾਂ, ਕਿਉਂਕਿ ਕੇਜਰੀਵਾਲ ਬਾਰੇ ਗੱਲ ਬੜੀ ਮਸ਼ਹੂਰ ਹੈ ਕਿ ਕੋਈ ਇਨਕਾ ਐਸਾ ਸਗਾ ਨਹੀਂ ਕੇਜਰੀ ਕਾ, ਕੋਈ ਕੇਜਰੀ ਕਾ ਸਗਾ ਨਹੀਂ ਜਿਨਕੋ ਇਹਨਾਂ ਨੇ ਠਗਾ ਨਹੀਂ। ਸ਼ੁਰੂ ਕਰ ਲਓ ਕਿ ਇਹ ਜਿਹੜੀ ਪਾਰਟੀ ਸ਼ੁਰੂ ਹੋਈ ਸੀ ਇਹ ਉਹਨਾਂ ਤੋਂ ਸ਼ੁਰੂ ਹੋਈ ਸੀ ਅੰਨਾ ਹਜ਼ਾਰੇ ਜੀ ਤੋਂ, ਫਿਰ ਉਹ ਤੋਂ ਬਾਅਦ ਪ੍ਰਸ਼ਾਂਤ ਭੂਸ਼ਣ ਜੀ, ਯੋਗਿੰਦਰ ਯਾਦਵ, ਆਪਣੇ ਕੁਮਾਰ ਵਿਸ਼ਵਾਸ, ਇਹ ਸਾਰਿਆਂ ਨੂੰ ਹੀ, ਮਤਲਬ ਜੋ ਸਗੇ ਉਹੀ ਠਗੇ, ਉਹ ਸਾਰਿਆਂ ਨੂੰ ਹੀ ਧੋਖਾ ਹੋਇਆ। ਅਤੇ ਪਰ ਮੈਂ ਫੋਕਸ ਕਰਨਾ ਚਾਹੁੰਦਾ ਕਿ ਜੋ ਪੰਜਾਬੀਆਂ ਨਾਲ ਇਹਨਾਂ ਨੇ ਕੀਤਾ ਅੱਜ ਤੱਕ। ਦੇਖੋ ਯਾਦ ਹੋਏਗਾ ਸਾਰੇ ਪੰਜਾਬੀਆਂ ਨੂੰ ਕਿ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਈ ਸੀ ਤਾਂ ਆਮ ਆਦਮੀ ਪਾਰਟੀ ਨੇ 2 ਜਮਹੂਰੇ ਭੇਜੇ ਸੀ ਇੱਥੇ, ਇੱਕ ਸੰਜੇ ਅਤੇ ਇੱਕ ਦੁਰਗੇਸ਼। ਉਹਨਾਂ ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਕਿ ਹਰ ਇੱਕ ਪੰਜਾਬੀ ਨੂੰ ਇਹ ਲੱਗਣ ਲੱਗ ਪਿਆ ਕਿ ਪੰਜਾਬ ਦਾ ਜਿਹੜਾ ਸਤਿਕਾਰ ਆ, ਪੰਜਾਬ ਦਾ ਮਾਣ ਆ, ਪੰਜਾਬ ਦੀਆਂ ਤੀਆਂ ਭੈਣਾਂ ਦੀ ਇੱਜ਼ਤ ਤੱਕ ਦੀਆਂ ਕਹਾਣੀਆਂ ਬਾਹਰ ਆਈਆਂ, ਔਰ ਜਿਹੜੇ ਪੈਸੇ ਲੁੱਟੇ ਉਹਨਾਂ ਨੇ ਉਹ ਤਾਂ ਅਲੱਗ ਸੀਗਾ। ਤਾਂ ਇਸ ਵਾਰੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਖਿਲਾਫ਼ ਤਾਂ ਇੰਨੀ ਨਫ਼ਰਤ ਹੋ ਗਈ ਹੈ, ਲੇਕਿਨ ਨਫ਼ਰਤ ਉਹ ਆਪਣੇ ਕਰਕੇ ਨਹੀਂ, ਉਹ ਤਾਂ ਜੋ ਪ੍ਰੋਹੁਕਮ ਹੁੰਦਾ ਸੀ ਉਹੀ ਕਰਦੇ ਸੀਗੇ, ਅਤੇ ਜੋ ਲੁੱਟਣਾ ਸੀ ਲੁੱਟ ਕੇ ਚਲੇ ਗਏ। ਤਾਂ ਹੁਣ ਨਵਾਂ ਇੱਕ ਉਹ ਭੇਜਤਾ ਸਕੂਲ ਦਾ ਮੁੰਡਾ ਜਿਹਾ, ਇਹ ਕਰਦੇ ਇਹ ਨੇ ਜੀ ਕਿ ਇਹ ਅੱਜ ਉਹ ਤਾਂ ਕਹਿ ਰਹੇ ਨੇ ਕਿ ਇਹ ਦਲਿਤਸ ਨੂੰ ਯੂਜ਼ ਐਂਡ ਥਰੋ ਕਰਦੇ ਆ, ਉਹ ਤਾਂ ਕਰਦੇ ਹੀ ਆ ਖੈਰ ਕਾਂਗਰਸ ਵਾਲੇ, ਪਰ ਜੋ ਪੰਜਾਬੀਆਂ ਨੂੰ ਅਤੇ ਸਿੱਖਸ ਨੂੰ ਕਾਂਗਰਸ ਪਾਰਟੀ ਵਾਲੇ ਯੂਜ਼ ਐਂਡ ਥਰੋ ਕਰਦੇ ਆ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ। ਦੇਖੋ ਜੇ ਪੰਜਾਬ ਤੋਂ ਬਾਹਰ ਪੰਜਾਬੀਆਂ ਦੀ ਅਤੇ ਸਿੱਖਾਂ ਦੀ ਖਾਸ ਤੌਰ 'ਤੇ ਆਬਾਦੀ ਵੱਡੀ ਤਾਦਾਦ 'ਚ ਪਰਸੈਂਟੇਜ ਦੇ ਵਿੱਚ ਕਿਤੇ ਹੈ ਤਾਂ ਉਹ ਦਿੱਲੀ ਵਿੱਚ ਹੈ, ਅਤੇ ਦਿੱਲੀ ਵਿੱਚ ਤੁਸੀਂ ਜਾ ਕੇ ਦੇਖੋਗੇ ਕਿ ਉੱਥੇ ਕੋਈ ਇੱਕ ਵੀ ਮਿਨਿਸਟਰ, ਕੋਈ ਇੱਕ ਵੀ ਚੇਅਰਮੈਨ, ਕੋਈ ਇੱਕ ਵੀ ਸੀਨੀਅਰ ਅਫਸਰ, ਕੋਈ ਚੀਫ ਸੈਕਟਰੀ, ਕੋਈ ਪ੍ਰਿੰਸੀਪਲ ਸੈਕਟਰੀ ਜਾਂ ਕੋਈ ਇਸ ਤਰ੍ਹਾਂ ਕੋਈ ਵੀ ਇੱਕ ਸਰਦਾਰ ਦਿੱਲੀ ਦੀ ਸਰਕਾਰ ਦੇ ਵਿੱਚ ਨਹੀਂ ਹੈ ਕੇਜਰੀਵਾਲ ਦੀ 'ਚ, ਜਿਹੜਾ ਕਿ ਪੰਜਾਬ ਦਾ ਹਮਦਰਦ ਬਣਾ ਆਪਣੇ ਨੂੰ ਸ਼ੋਅ ਕਰਨਾ ਚਾਹੁੰਦਾ ਹੈ, ਕਿਉਂਕਿ ਉਹ ਜਿਹੜਾ ਮੌਕਾ ਮੰਗਦਾ ਉਹਦਾ ਧੋਖੇ ਦੀ ਗੱਲ ਤੁਹਾਨੂੰ ਦੱਸ ਦਿੱਤੀ ਹੈ ਵੀ ਦਿਓਗੇ ਇਹਨੂੰ ਮੌਕਾ ਤਾਂ ਖਾਓਗੇ ਧੋਖਾ। ਉਹ ਤੋਂ ਬਾਅਦ ਤੁਸੀਂ ਪੰਜਾਬ 'ਚ ਆ ਜਾਓ, ਇਹ ਯੂਜ਼ ਐਂਡ ਥਰੋ ਕਿਵੇਂ ਕਰਦੇ ਨੇ। ਪਹਿਲਾਂ ਜਰਨੈਲ ਸਿੰਘ ਸੀਗੇ ਦਿੱਲੀ ਵਿੱਚ ਹੁੰਦੇ ਸੀਗੇ, ਜਿਨ੍ਹਾਂ ਨੇ ਜਿੰਨੀ ਸਿੱਖ ਪਾਪੂਲੇਸ਼ਨ ਦਿੱਲੀ ਦੀ ਹੈ ਉਹਨਾਂ ਨੂੰ ਬੜਾ ਜ਼ੋਰ ਲਾ ਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਮੌਕਾ ਦਈਏ ਕੇਜਰੀਵਾਲ ਨੂੰ, ਅਤੇ ਸਭ ਤੋਂ ਵੱਡਾ ਧੋਖਾ ਹੋਇਆ ਜਰਨੈਲ ਸਿੰਘ ਹੁਣਾਂ ਨਾਲ ਖੁਦ। ਉਹਨਾਂ ਨੂੰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੁਣ ਦੇ ਖਿਲਾਫ਼ ਇਲੈਕਸ਼ਨ ਲੜਨ ਲਈ ਭੇਜਿਆ, ਹਾਰ ਗਏ, ਹਾਰਨਾ ਸੀਗਾ ਉਸ ਵੇਲੇ। ਲੇਕਿਨ ਉਹ ਤੋਂ ਬਾਅਦ ਵੀ ਉਹਨਾਂ ਦੀ ਕੋਈ ਪੁੱਛਗਿੱਛ ਨਾ ਰਹੀ ਪਾਰਟੀ, ਅਤੇ ਅਖੀਰ ਦੇ ਵਿੱਚ ਉਂਝ ਅਫਿਸ਼ਲੀ ਤਾਂ ਉਹ ਕਰੋਨਾ ਕਰਕੇ ਉਹਨਾਂ ਦਾ ਦੇਹਾਂਤ ਹੋਇਆ ਸੀ, ਲੇਕਿਨ ਡਾਕਟਰਸ ਦੀ ਇਹ ਕਲੀਅਰ ਰਿਪੋਰਟ ਹੈ ਕਿ ਕੋ ਮੋਰਬਿਡਿਟੀ ਵੀ ਨਾਲ ਸੀ, ਯਾਨੀ ਕਿ ਦਿਲ ਦਾ ਵੀ ਚੱਕਰ ਸੀਗਾ, ਦਿਲ ਦੀ ਵੀ ਉਹਨਾਂ ਦੀ ਪ੍ਰੋਬਲਮ ਨਾਲ ਸੀ। ਉਹਨਾਂ ਦਾ ਸਟ੍ਰੈਸ ਲੈਵਲ ਅਤੇ ਟੈਨਸ਼ਨ ਸੀ, ਜੋ ਇਨਸਲਟ ਔਰ ਜੋ ਬੇਇੱਜ਼ਤੀ ਕੇਜਰੀਵਾਲ ਨੇ ਉਹਨਾਂ ਦੀ ਕੀਤੀ ਸੀ, ਉਹ ਇੱਕ ਵੱਡਾ ਰੀਜ਼ਨ ਬਣਿਆ ਸੀ ਉਹਨਾਂ ਦੀ ਇਹਨਾਂ ਦਾ ਇਸ ਤਰ੍ਹਾਂ ਚਲੇ ਜਾਣ ਦਾ। ਉਹਦਾ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਇਹ ਕਿ ਉਹ ਜਦੋਂ ਉਹਨਾਂ ਦਾ ਦੇਹਾਂਤ ਹੋ ਗਿਆ ਤਾਂ
क्योंकि बहरूपीए ने छलेडे ने यह जरा दिखावे बहुत करते हैं मगरमच्छ वाले, तो केजरीवाल भोला जहा मूँह लैके न्याण का मूँह लैके करता हूँ ना कि मैंने तो ये मैंने तो वो करता हूँ ना। पंजाबी तो अच्छे तक बोलनी आई नहीं, पंजाबी का जो मुंडा भेजा हुआ इतने उन्होंने नहीं बोलनी आती, पंजाबियों तो वोटा मांग रहे ने पंजाबी बोलनी नहीं आती। उत्थे गए उन्होंने भोगते सरदार जरनैल सिंह उन्हों के, तो उत्थे जाके जिस तरह करते ही ने कि मेरा तो छोटा भाई था, मेरा तो ये था, मेरा तो सारा कुछ यही था, वो सारे ड्रामे किए। तो बाद ने अनाउंस किया कि असी इन्हों परिवार के मैंबर नौकरी देवे। मेरा ख्याल थानू सारे याद होना कि उस परिवार ने उत्थे स्टेज पर ही इन्हों कहता सीगा कि जो तुम सरदार जरनैल सिंह किया उन्हों की मौत लिए जिम्मेवार तुम हो, असी थोड़ी दिती हुई कोई नौकरी नहीं लेंदे। ये इन्होंने किया सरदार जरनैल सिंह होना ना जोड़ा इको एक वाहिद सिख लीडर सके इन्हों के उत्थे दिल्ली के, और इस वेल दिल्ली इन्हों सिख चेहरा तो छोड़ो मतलब कोई सिख ना निशान है नहीं। पंजाब आ जाओ सर सुचा सिंह छोटेपुर ना जो होया सिर्फ उन्होंने कढ़िया नहीं गया, जलील करके कढ़िया गया। जो उन्होंने किया फिर फूलका साहब जिहड़े बड़े सत्कारित सुप्रीम कोर्ट के वकील ने और उन्हों का एक इतिहास है, साडे चाहे विरोधी ने इस वेले जुड़ दिता नहीं, इस वे सियासत ही छड़ गए ने, लेकिन उन्होंने इन्होंने पहला क्योंकि पंजाबियों को धोखा देने लिए फूलका साहब ने मोहरे किया और फिर फूलका साहब ने इन्ना जलील किया कि वह भी सियासत छड़ गए। उन्होंने लीडर ऑफ अपोजिशन बनाया, उन्होंने रिजाइन करता क्योंकि उन्होंने कोई गल नहीं इन्होंने मनी। फिर इन्होंने सुखपाल खहरा बनाया, उन्हें भी कहा कि तुम पंजाब के हिसाब न चलो, उन्होंने भी कटता। फिर इन्होंने कंवर संधु मोहरे लिया, कंवर संधु का वह बुरा हाल किया कि वह भी सियासत छड गया, फूलका साहब भी सियासत छड गए, कंवर संधु भी सियासत छड गया, तो जरनैल सिंह दुनिया ही छड गए। बाकी तुम पंजाब जिन्हें भी इन्होंने लीडर देखोगे जिन्हें भी इन्होंने बनाए हूँ तक, चाहे सुचा सिंह छोटेपुर ने, चाहे वह फूलका साहब से, चाहे वह कंवर संधु से, या होर भी जिन्हें ने, घुग्गी साहब गुरप्रीत घुग्गी इन्हों के कन्वीनर से पंजाब के गुरप्रीत घुग्गी, और बड़े सत्कारित कलाकार ने, वह भी सियासत छड गए। यानी जिस बंदे नूं इह हथ लांदा ऐसे धोखे दिंदा भोला जिहा मूँह बना के बच्चों वर्गा मूँह बनांदा केजरीवाल कि बस ये तो मेरा छोटा भाई है, ये तो मैंने इसके ऐसे करना है, इदा दल्ला करता है, मोमो ठगड़िया कहने पंजाबी चप्पा इन्हों, मेरा उन्ना कोई नहीं जो मर्जी करे, लेकिन जो पंजाबियों तो खास तौर पर सिखां जलील करता, यूज एंड थ्रो करता, जिहड़ी गल वह कह रहा ना मुंडा उन्हों का अज्ज, वो जो कह रहा कांग्रेस बारे वो तो सच है, लेकिन ये जो खुद पंजाबियों नाल करते हैं, जो खुद सिखां नाल करते हैं, मैं उहदे बारे गल करना कि ये इन्हों जिन्हें जिन्हें दिता मौका उन्हें उन्हें खाया धोखा, चाहे वह अन्ना हजारे तो शुरू हो जाओ, प्रशांत भूषण जी तो आ जाओ, जोगिंदर यादव जी तो आ जाओ, कुमार विश्वास से आ जाओ, तो जरनैल सिंह जी तो आ जाओ। और मैं पूछना चाहना कि पंजाब तो बाद जे सिख पापूलेशन हिंदुस्तान में वड्डी बहु गिणती कित है, जो वड्डा तादाद उन्हां दी है तो दिल्ली विच है, और दिल्ली दे विच अज भी कोई एक सिख अफसर, कोई एक सिख चेहरा, कोई एक सिख चेयरमैन, कोई एक सिख मिनिस्टर, कोई एक सिख बंदा इन्हां दी पार्टी दे विच, इत्थों तक कि पंजाब दा हुण जिहड़ा इन्हां ने बनाया होया प्रभारी, भारी तां केजरीवाल ही आ ना इक प्रभारी बनांदे आ, उह भी पंजाबी नहीं है, जिहड़ा रोज़ पंजाबियों नूं मतां दिंदा कल दा छोकरा है। जिहड़ी साडे बजुर्गां नूं साडे जिहड़े जिन्हां दे असीं पैरीं हथ लाने आ उन्हां नूं मतां दिंदा कि इस तरह जीना हुंदा, इस तरह करना हुंदा, ਉਹ ਇਹਨਾਂ ਨੇ ਮਤਲਬ ਇਹਨਾਂ ਨੂੰ ਪੰਜਾਬ ਦਾ ਕੋਈ ਬੰਦਾ ਵੀ ਨਹੀਂ ਲੱਭਿਆ ਜਿਹੜਾ ਕਿ ਪੰਜਾਬ ਦਾ ਪ੍ਰਭਾਰੀ ਬਣ ਸਕੇ, ਪੰਜਾਬ ਦਾ ਤਾਂ ਛੱਡੋ ਪੰਜਾਬੀ ਵੀ ਨਹੀਂ ਲੱਭਿਆ ਜਿਹੜਾ ਪੰਜਾਬ ਤੋਂ ਬਾਹਰ ਰਹਿੰਦਾ ਹੀ ਹੋਵੇ, ਦਿੱਲੀ ਰਹਿੰਦਾ ਹੋਵੇ, ਦਿੱਲੀ ਦੇ ਵਿੱਚ ਇਹਨਾਂ ਨੂੰ ਕੋਈ ਸਰਦਾਰ ਨਹੀਂ ਲੱਭਿਆ, ਦਿੱਲੀ 'ਚ ਕੋਈ ਪੰਜਾਬੀ ਨਹੀਂ ਲੱਭਿਆ, ਪਰ ਉਹ ਮੁੰਡਾ ਭੇਜਤਾ ਜਿਹਨੂੰ ਪੰਜਾਬੀ ਨਹੀਂ ਆਉਂਦੀ। ਤੋ ਇਹ ਇਹਨਾਂ ਦਾ ਪੰਜਾਬ ਪ੍ਰਤੀ ਵਤੀਰਾ ਆ। ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜਾ ਜਿਹੜਾ ਇਹਨਾਂ ਨੂੰ ਦਊਗਾ ਮੌਕਾ ਉਹ ਖਾਊਗਾ ਇਹਨਾਂ ਤੋਂ ਧੋਖਾ, ਅਤੇ ਉਹਦੀ ਵਜ੍ਹਾ ਇਹ ਹੈ ਵੀ ਕੋਈ केजरी का सगा नहीं जिसको केजरी ने ठगा नहीं। तो एक तो मेरा ये सी, दूसरा मैं पंजाबियों नूं थोड़ा आगाह भी करना चाहना कि ये खैर इन्हों का खैर पंजाबियों नूं पता है, इस करके जो हाल इन्हों का पिछली बारी होया सी, देखो तुसीं मौका इन्हों नूं दित्ता सी, तीन इन्हों दे मैंबर पार्लीमेंट बनाए सी, चार मैंबर पार्लीमेंट बनाए सी, चार विचों तीन छड गए, वो क्यों छड गए
ਹਰਿੰਦਰ ਸਿੰਘ ਖਾਲਸਾ ਜਿਹਨਾਂ ਨੇ ਓਪਰੇਸ਼ਨ ਬਲੂ ਸਟਾਰ ਦੇ ਵੇਲੇ ਅਸਤੀਫਾ ਦਿੱਤਾ ਸੀ, ਆਈ ਐੱਫ ਐੱਸ ਤੋਂ ਤਾਂ ਆਪਣੇ ਆਪ ਨੂੰ ਆਈ ਆਰ ਐੱਸ ਕਹਿੰਦਾ ਨਾ, ਆਈ ਆਰ ਐੱਸ ਤੋਂ ਉੱਪਰ ਆਈ ਐੱਸ ਆਈ ਏ ਐੱਸ ਹੁੰਦੀ ਆ, ਆਈ ਐੱਸ ਤੋਂ ਉੱਪਰ ਆਈ ਐੱਫ ਐੱਸ ਹੁੰਦੀ ਹੈ, ਇੰਡੀਅਨ ਫੋਰਨ ਸਰਵਿਸ। ਉਹ ਇੰਡੀਅਨ ਫੋਰਨ ਸਰਵਿਸ ਦਾ ਬੰਦਾ ਸੀ ਹਰਿੰਦਰ ਸਿੰਘ ਖਾਲਸਾ। ਉਹ ਇਹਨਾਂ ਨੂੰ ਛੱਡ ਗਿਆ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਉਹਦਾ ਜੋ ਹਾਲ ਕੀਤਾ ਉਹ ਤੁਹਾਡੇ ਸਾਹਮਣੇ ਆ। ਤੀਜਾ ਇਹਨਾਂ ਦਾ ਐੱਮ ਪੀ ਸੀ, ਉਹਨੂੰ ਉਹਦਾ ਜੋ ਹਾਲ ਕੀਤਾ ਉਹ ਵੀ ਤੁਹਾਡੇ ਸਾਹਮਣੇ ਆ। ਕੇਵਲ ਅਤੇ ਕੇਵਲ ਬਚਾ ਭਗਵੰਤ ਮਾਨ, ਅਤੇ 5 ਸਾਲ ਜੋ ਉਹਨੂੰ ਜ਼ਲੀਲ ਕੀਤਾ, ਕੁੱਟ ਕੇ ਨਾਲ ਬਿਠਾਇਆ ਹੁੰਦਾ ਇੱਦਾਂ ਬੰਦਾ, ਤੁਸੀਂ ਅੱਜ ਵੀ ਉਹਦੀ ਸ਼ਕਲ ਕਿਤੇ ਟੀ ਵੀ 'ਤੇ ਦੇਖਿਓ ਜਦੋਂ ਕੇਜਰੀਵਾਲ ਨਾਲ ਬੈਠਾ ਹੋਵੇ, ਤਾਂ ਉਹ ਬਿਲਕੁਲ ਇੱਦਾਂ ਹੁੰਦਾ ਇੱਦਾਂ ਨਿਆਣੇ ਨੂੰ ਕੁੱਟ ਕੇ ਬਿਠਾਇਆ ਹੋਵੇ, ਅੰਕਲ ਜੀ ਕੋਈ 1 ਸੇ 10 ਤੱਕ ਗਿਣਤੀ ਸੁਣਾਓ, ਇੱਦਾਂ ਬਿਠਾਇਆ ਹੁੰਦਾ। ਤਾਂ ਉੱਦਾਂ ਹੀ ਉਹ ਇਸ ਵੇਲੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਸ਼ਾਇਦ ਮੇਰੇ ਤੋਂ ਤੁਸੀਂ ਜ਼ਿਆਦਾ ਜਾਣਦੇ ਵੀ ਹੋਵੋ, ਲੇਕਿਨ ਕਈ ਵਾਰੀ ਪੰਜਾਬੀਆਂ ਨੂੰ ਲੋਕਾਂ ਨੂੰ ਕਈ ਵਾਰੀ ਗੱਲ ਨਹੀਂ ਪਤਾ ਹੁੰਦੀ ਕਿ ਜਿੰਨਾ ਭਗਵੰਤ ਮਾਨ ਦਾ ਪਰਸਨਲ ਸਟਾਫ ਸੀ ਉਹਨੂੰ ਸੈਕਿੰਡ ਲਾਈਨ 'ਚ ਪਾਤਾ। 30 ਬੰਦਿਆਂ ਦੀ ਟੀਮ ਡਿਪਿਊਟ ਕਰਤੀ ਗਈ ਹੈ ਭਗਵੰਤ ਮਾਨ ਦੇ ਦੁਆਲੇ ਕਿ ਭਗਵੰਤ ਮਾਨ ਇੱਕ ਅੱਖਰ ਕੇਜਰੀਵਾਲ ਤੋਂ ਬਿਨਾਂ ਪੁੱਛੇ ਨਹੀਂ ਬੋਲ ਸਕਦਾ। ਤੋ ਇਹ ਜਿਹੜਾ ਪੰਜਾਬ ਨੂੰ ਬਾਹਰੋਂ ਕੰਟਰੋਲ ਕਰਨ ਦੀ ਗੱਲ ਹੈ, ਉਹ ਤਾਂ ਪੰਜਾਬੀਆਂ ਨੇ ਖੈਰ ਇਹਨਾਂ ਨੂੰ ਇਹਨਾਂ ਦੂਜਾ ਮੌਕਾ ਇਹਨਾਂ ਨੂੰ ਦਿੱਤਾ ਜਦੋਂ ਪਿਛਲੀ ਵਾਰੀ ਇਹਨਾਂ ਨੂੰ ਮੇਨ ਅਪੋਜੀਸ਼ਨ ਬਣਾਇਆ। 2 ਮੌਕੇ ਪੰਜਾਬੀ ਇਹਨਾਂ ਨੂੰ ਦੇ ਚੁੱਕੇ ਨੇ, 4 ਇੱਕ ਵਾਰੀ ਇਹਨਾਂ ਦੇ ਐੱਮ ਪੀ ਬਣਾਏ, ਜਿਹਨਾਂ 'ਚੋਂ 3 ਇਹਨਾਂ ਨੂੰ ਛੱਡ ਕੇ ਫਰਸਟ੍ਰੇਟ ਹੋ ਕੇ, ਉਹਨਾਂ ਵਿੱਚੋਂ 2 ਪੋਲੀਟਿਕਸ ਹੀ ਛੱਡ ਗਏ, ਉਹ ਛੱਡ ਗਏ। ਫਿਰ ਇਹਨਾਂ ਨੂੰ 20 ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਦਿੱਤੇ ਐੱਮ ਐੱਲ ਏ ਪਿਛਲੀ ਵਾਰੀ, ਔਰ ਇਹਨਾਂ ਨੂੰ ਮੇਨ ਅਪੋਜੀਸ਼ਨ ਲੀਡਰ ਬਣਾਇਆ। ਪੰਜਾਬੀਆਂ ਨੇ ਆਪਣੀ ਪਾਰਟੀ ਨੂੰ ਇਹ ਕਿਹਾ ਵੀ ਤੁਸੀਂ ਇੱਕ ਵਾਰੀ ਜਿਹੜਾ ਪਿੱਛੇ ਹੋ, ਅਸੀਂ ਇਹਨਾਂ ਨੂੰ ਦੇਖ ਲਈਏ। ਉਹ ਇਹਨਾਂ ਨੂੰ ਮੌਕਾ ਦਿੱਤਾ। ਉਸ ਮੌਕੇ ਦਾ ਕੀ ਬਣਿਆ ਕਿ ਕਾਂਗਰਸ ਨਾਲ ਰਲ ਗਏ ਅਤੇ 20 'ਚੋਂ 10 ਬੰਦਿਆਂ ਨੇ ਅਸਤੀਫੇ ਦਿੱਤੇ ਅਤੇ ਅਖੀਰ ਤੱਕ ਮਨਜ਼ੂਰ ਨਹੀਂ ਹੋਏ, ਲੇਕਿਨ ਲੀਡਰ ਆਫ ਅਪੋਜੀਸ਼ਨ ਫਿਰ ਇਹਨਾਂ ਦਾ ਰਿਹਾ। ਮੈਂਬਰ ਇਹਨਾਂ ਨਾਲ 10, ਸ਼੍ਰੋਮਣੀ ਅਕਾਲੀ ਦਲ ਕੋਲ 18, ਇਹਨਾਂ ਕੋਲ 10, ਲੀਡਰ ਆਫ ਅਪੋਜੀਸ਼ਨ ਇਹਨਾਂ ਦਾ ਰਿਹਾ। ਤਾਂ ਦੂਜਾ ਮੌਕਾ ਜਿਹੜਾ ਇਹਨਾਂ ਨੂੰ ਦਿੱਤਾ ਸੀਗਾ ਉਹ ਵੀ ਧੋਖੇ 'ਚ ਨਿਕਲਿਆ, ਕਿਉਂਕਿ 20 'ਚੋਂ 10 ਜਿਹੜੇ ਇਹਨਾਂ ਦੇ ਐੱਮ ਐੱਲ ਏ ਸੀ ਉਹ ਦੌੜ ਗਏ, ਲੇਕਿਨ ਕਾਂਗਰਸ ਨਾਲ ਰਲ ਕੇ ਸਪੀਕਰ ਸਾਹਿਬ ਨਾਲ ਰਲ ਕੇ ਆਪਣਾ ਅਸਤੀਫਾ ਜਿਹੜਾ ਸੀ ਅਖੀਰਲੇ ਦਿਨ ਤੱਕ ਰੱਖਿਆ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਕਿਤੇ ਗਲਤੀ ਨਾਲ ਇਹਨਾਂ ਨੂੰ ਥੋੜ੍ਹਾ ਬਹੁਤਾ ਵੀ ਜਿੰਨਾ ਕੁ ਵੀ ਇਹਨਾਂ ਨੂੰ ਅਪੋਜੀਸ਼ਨ 'ਚ ਵੀ ਇਹ ਆ ਗਏ ਜੇ, ਤਾਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਸਕਦੇ ਆ। ਪੰਜਾਬ ਦੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ ਗਲੀਆਂ ਵਿੱਚ ਉਹ ਰਾਜ ਹੋਊਗਾ ਜਿਹਦੇ ਬਾਰੇ ਆਪਾਂ ਕਹਿੰਦੇ ਹੁੰਦੇ ਸੀ ਕਿ ਬਿਹਾਰ 'ਚ ਗੁੰਡਾ ਰਾਜ ਹੈ। ਮੈਂ ਨਹੀਂ ਕਹਿੰਦਾ ਕਿ ਕਿਸੇ ਇੱਕ ਸਟੇਟ ਦੀ ਗੱਲ ਕਰਨੀ ਹੈ, ਉਹ ਨਹੀਂ ਮੈਂ, ਲੇਕਿਨ ਜਿੱਦਾਂ ਆਪਾਂ ਸਮਝਦੇ ਹਾਂ, ਜਦੋਂ ਆਪਾਂ ਜਾਣਦੇ ਹਾਂ ਕਿ ਬਾਹਰਲੇ ਕਈ ਸੂਬਿਆਂ ਦੇ ਵਿੱਚ ਜੋ ਲੋਲੈਸਨੈਸ ਦੀ ਹਾਲਤ ਆ, ਜੋ ਛੁਰੀਬਾਜ਼ੀ, ਜੋ ਚਾਕੂਬਾਜ਼ੀ, ਜੋ ਗੈਂਗਸਟਰ ਰਾਜ ਹੈ, ਉਹ ਸਾਰੇ ਨੂੰ ਇਹ ਰਿਪ੍ਰਜੈਂਟ ਕਰਦੇ ਨੇ, ਮੂੰਹ ਦੇ ਬਣਦੇ ਆ ਭੋਲੇ। ਤੋ ਇਹਨਾਂ ਦੇ ਉੱਤੋਂ ਮੈਂ ਵਾਰ ਵਾਰ ਇਹ ਗੱਲ ਕਹਿਣੀ ਚਾਹੁੰਦਾ ਕਿ ਊਂ ਤਾਂ ਪੰਜਾਬੀਆਂ ਨੇ ਪਿਛਲੀ ਵਾਰੀ ਇਹਨਾਂ ਨੂੰ ਦਿਖਾਲਤਾ ਸੀਗਾ, ਲੇਕਿਨ ਇਸ ਵਾਰੀ ਮੈਂ ਫਿਰ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਨੂੰ ਦਿਓਗੇ ਮੌਕਾ ਤਾਂ ਖਾਓਗੇ ਧੋਖਾ, ਕਿਉਂਕਿ ਕੋਈ ਇਨਕਾ ਸਗਾ ਨਹੀਂ ਜਿਨਕੋ ਇਹਨਾਂ ਨੇ ਠਗਾ ਨਹੀਂ। ਐਨੀ ਕੁਐਸਚਨ ਪਲੀਜ਼। ਕੀ ਜੀ ਧਰਮਵੀਰ ਗਾਂਧੀ ਦਾ ਕੋਈ ਨਾਂ ਲਿਖਾ? ਮੈਂ ਕਿਹਾ ਤੁਹਾਡੇ ਹੀ ਕੌਂਸਲਰ, ਤੁਹਾਡੇ ਹੀ ਪਾਰਟੀ ਦੇ ਕਾਰਜਕਰਤਾ ਨੇ, ਉਹਨਾਂ ਦੇ ਨਾਲ ਮਾਰਪੀਟ ਕੀਤੀ ਜਾਂ ਉਹਨਾਂ ਦੇ? ਬੇਨਤੀ ਕਰਾਂ ਜੀ ਕਿ ਸਾਡੀ ਪਾਰਟੀ ਦੇ ਤਾਂ ਸਿਗੇ ਨਹੀਂ, ਤਾਂ ਸਾਡੀ ਤਾਂ ਵਿਰੋਧਤਾ ਬਣਦੀ ਹੈ, ਲੇਕਿਨ ਉਹਨਾਂ ਦੇ ਤਾਂ ਸਗੇ ਸੀ ਨਾ। ਨਹੀਂ ਨਹੀਂ ਗੱਲ ਇਹ ਹੈ, ਬਹੁਤ ਪਾਰਟੀਆਂ 'ਚ ਵਧੀਆ ਬੰਦੇ ਹੁੰਦੇ ਆ, ਲੇਕਿਨ ਪਾਰਟੀਆਂ ਨੇ ਸੰਭਾਲਣੇ ਹੁੰਦੇ ਆ, ਉਹ ਜ਼ਿੰਮੇਵਾਰੀ ਪਾਰਟੀ ਦੀ ਹੁੰਦੀ ਹੈ। ਤੋ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਬੰਦੇ ਅਸੀਂ ਥੋੜ੍ਹੇ ਸੰਭਾਲਣੇ ਸੀਗੇ, ਉਹ ਤਾਂ ਉਹਨਾਂ ਨੇ ਸੰਭਾਲਣੇ ਸੀਗੇ। ਤੋ ਧਰਮਵੀਰ ਗਾਂਧੀ ਜੀ ਵੀ 19ਵੇਂ ਸੇ ਹੈ ਕਿ ਜੋ ਇਨਕੇ ਸਗੇ ਥੇ ਔਰ ਜੋ ਇਹਨਾਂ ਨੇ ਠਗੇ ਹੈ। ਜਰਨੈਲ ਸਿੰਘ ਜੀ ਦੀ ਮੈਂ ਬੇਨਤੀ ਕਰਕੇ ਹਟਿਆ ਕਿ ਜਦੋਂ ਉਹਨਾਂ ਦੀ ਡੈਥ ਹੋਈ, ਹਾਂ ਜਿਹੜੇ ਜਰਨੈਲ ਸਿੰਘ ਲਾਏ ਨੇ, ਤੁਸੀਂ ਮੈਨੂੰ ਦੱਸੋ ਵੀ ਕਿਸੇ ਪੰਜਾਬੀ ਨੂੰ ਮੈਂ ਪੁੱਛ ਲਓ, ਜਾ ਕੇ ਪੁੱਛ ਲਓ ਕਿ ਇਸ ਵੇਲੇ ਰੋਜ਼ ਪ੍ਰੈਸ ਕਾਨਫਰੰਸ 'ਚ ਕੌਣ ਮੋਹਰੇ, ਕਿਹੜਾ ਮੋਹਰੇ ਆ ਰਿਹਾ ਪਾਰਟੀ ਦੇ, ਜੇ ਉਹ ਲਾਏ ਹੋਏ ਨੇ ਤਾਂ ਹੈ ਕਿੱਥੇ ਨੇ? ਵੈਸੇ ਮੈਂ ਤਾਂ ਕਿਸੇ ਪ੍ਰੈਸ ਕਾਨਫਰੰਸ ਦੇਖਿਆ ਨਹੀਂ ਮੋਹਰੇ ਇੱਥੇ, ਜਿੰਨੀਆਂ ਪ੍ਰੈਸ ਕਾਨਫਰੰਸ ਆ ਉਹ ਤਾਂ ਰੰਗ ਵਕੀਰ ਆ ਉਹਦਾ, ਚੱਡਾ ਚੱਡਾ ਨਾਂ ਉਹਦਾ, ਉਹ ਬੋਲਦਾ ਔਰ ਉਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਯਾਨੀ ਉਹਨੇ ਇੰਨਾ ਵੀ ਨਹੀਂ ਕੀਤਾ ਕਿ ਝੂਠ ਲਈ ਥੋੜ੍ਹੀ ਬਹੁਤੀ ਪੰਜਾਬੀ ਸਿੱਖੇ ਹੀ ਲਵਾਂ। ਸੋਰੀ ਉੱਚੀ ਬੋਲੋ, ਦਾਦਕੇ ਵੀ ਪੰਜਾਬ 'ਚ ਅਤੇ ਨਾਨਕੇ ਵੀ ਪੰਜਾਬ 'ਚ, ਪੰਜਾਬੀ ਬੋਲੀ ਨਾਲ ਨਫ਼ਰਤ ਹੈ? ਫਿਰ ਤਾਂ ਉਹ ਤੋਂ ਵੀ ਸ਼ਰਮ ਵਾਲੀ ਗੱਲ ਹੈ ਕਿ ਮਤਲਬ ਮੇਰਾ ਜੜ੍ਹਾਂ ਪੰਜਾਬ 'ਚ ਆ ਲੇਕਿਨ ਮੈਨੂੰ ਪੰਜਾਬੀ ਬੋਲੀ ਨਾਲ ਨਫ਼ਰਤ ਹੈ।
क्यों नहीं पंजाबी बोलते कि पंजाबियों को पंजाबी समझ नहीं आती। सारे पंजाबियों को समूह पंजाबियों को रिगार्डलैस ऑफ रिलीजन, चाहे वह हिंदू सिख कोई भी मुसलमान ईसाई सब सारे पंजाबी आती है और सारे पंजाबी बोलते हैं। पंजाब दे विच हरेक बंदा पंजाबी बोलता है और माण है हरेक नूं पंजाबी उत्ते। पंजाब दीआं जिहड़ियां दो सब तो वड्डियां अखबारां ने दोनों पंजाबी विच ने, और उस तो इलावा होर भी जिहड़ियां कई नंबर नैक्सट तक आउंदियां ने वो सारियां पंजाबी च ने। और मतलब पंजाब च भी दसना पऊगा कि पंजाबी जिहड़ा ना ही पंजाब आ यार, इत्थे भी पंजाबी नहीं बोलनी तुसीं फिर कित्थे बोलनी जाके। और यह तो मैं नवी गल दस दी है कि वो नानके भी इतने ददके भी इतने तो फिर भी पंजाबी नहीं बोलनी पसंद करते, ये तो फिर अंदर नफरत का कित मतलब, ये तो सीधी सीधी गल है फिर तो। और मैं एक एक गल रिपीट कर देव कि जो इन्होंने पंजाबियों और जो इन्होंने सिखा अज तक व्यवहार किया, चाहे वह मैं तुम दस्या जरनैल सिंह जिन्हों की डैथ हो गई उन्होंने परिवार ने साफ किया, चाहे वह सुचा सिंह छोटेपुर से, चाहे वह फूलका साहब से, चाहे वह खहरा साहब से, चाहे वह कंवर संधू से, जां होर ने, वह सारे इस गल का गवाह ने। गुरप्रीत घुग्गी जी ने सारे इस गल का गवाह ने कि कोई इनका सगा नहीं जिनको इन्होंने ठगा नहीं। थैंक यू।